ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹੋਰ ਕੀ ਹਾਲ ਚਾਲ ਨੇ ਸਭ ਦੇ? ਉਮੀਦ ਕਰਦੀ ਆ ਵੀ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਅਸੀਂ ਚੱਲੇ ਆ ਸਟੋਰ ਤੇ, ਤੇ ਨਾਲ ਸਾਡੇ ਮੇਰੇ ਮੰਮੀ ਡੈਡੀ ਤੇ ਹਰੀਸ਼। ਸੋਚਿਆ ਚਲੋ ਨਿਆਣੇ ਦੇ ਨਾਲ ਘੁੰਮ ਫਿਰ ਆਉਂਦੇ ਆ, ਤੇ ਮੰਮੀ ਡੈਡੀ ਵੀ ਆਏ ਸੀ ਕੱਲ ਦੇ। ਅਸੀਂ ਸੋਚਿਆ ਚਲੋ ਉਹਨਾਂ ਨੂੰ ਵੀ ਨਾਲ ਲੈ ਚੱਲਦੇ ਆ, ਕਿਉਂਕਿ ਛੁੱਟੀ ਵਾਲੇ ਦਿਨ ਘਰ ਬੈਠੇ ਰਹੋ ਬੋਰ ਹੋ ਜਾਈਦਾ ਆ, ਤੇ ਨਾਲ ਬੈਠ ਰਿਹਾ ਵੀ ਚਲੋ ਕਿਤੇ ਬਾਹਰ ਘੁੰਮ ਆਈਏ ਤੇ ਆਊਟਿੰਗ ਹੋ ਜਾਂਦੀ ਆ। ਅਸੀਂ ਸਟੋਰ ਤੋਂ ਗਰੋਸਰੀ ਵੀ ਲੈਣੀ ਆ, ਇਹ ਥੋੜ੍ਹਾ ਬਹੁਤ ਹੋਰ ਵੀ ਸ਼ੋਪਿੰਗ ਕਰੂੰਗੇ, ਕਾਫੀ ਚੀਜ਼ਾਂ ਲੈਣ ਵਾਲੀਆਂ ਘਰ ਵਿੱਚ ਖਤਮ ਹੋਈਆਂ ਆ ਉਹ ਲਾਉਂਗੇ, ਤੇ ਆਲਮੋਸਟ ਇੱਥੇ ਪਹੁੰਚ ਗਏ ਆ। ਐਪਲ ਵੀ ਆ, ਅਮਰੀਕਨ ਰੈਸਟੋਰੈਂਟ ਇਹ ਵੀ ਨਵਾਂ ਖੁੱਲਿਆ ਸੀਗਾ ਇੱਥੇ। ਪਾਰਕਿੰਗ ਇੱਥੇ ਬਹੁਤ ਬਿਜ਼ੀ ਹੁੰਦੀ ਆ, ਜਦੋਂ ਵੀ ਆਈਦਾ ਪਾਰਕਿੰਗ ਲੋਟ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਆ, ਚਾਹੇ ਗਰਮੀ ਆ ਚਾਹੇ ਠੰਡ ਆ ਚਾਹੇ ਮੀਂਹ ਵੀ ਪੈਂਦਾ ਆ, ਇੱਥੇ ਪਾਰਕਿੰਗ ਲੋਟ ਬਿਜ਼ੀ ਹੀ ਰਹਿੰਦਾ ਆ। ਅੱਜ ਤਾਂ ਮੌਸਮ ਵੈਸੇ ਵਧੀਆ ਆ, ਇਹਦੀ ਗਰਮੀ ਵੀ ਨਹੀਂ ਗੀ, ਪਾਰਕਿੰਗ ਜਿੱਥੇ ਮਰਜ਼ੀ ਲਾ ਲਈਏ, ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਫਿਰ ਲੱਭੀਦਾ ਵੀ ਹਾਏ ਛਾਂ ਥੱਲੇ ਲੱਭ ਜਾਵੇ ਪਾਰਕਿੰਗ, ਫਿਰ ਉੱਥੇ ਲਾਈਏ ਗੱਡੀ। ਅਸੀਂ ਹੁਣ ਸਟੋਰ ਦੇ ਅੰਦਰ ਜਾਂਦੇ ਹਾਂ, ਪਾਰਕਿੰਗ ਸਾਨੂੰ ਮਿਲ ਗਈ ਸੀਗੀ, ਡੈਡੀ ਜੋਰਡਨ ਨੂੰ ਲੈ ਗਏ ਆ, ਕਾਰ 'ਚ ਬਿਠਾ ਕੇ ਮੰਮੀ ਵੀ ਜਾਂਦੇ ਆ। ਡੈਡੀ ਲਿਆ ਮੈਂ ਕਾਰ ਫੜ ਲਾ। ਅਸੀਂ ਸਟੋਰ 'ਚ ਵੜ ਗਏ ਹਾਂ ਅੰਦਰ, ਹੁਣ ਸੇਲ 'ਤੇ ਲੱਗੀ ਹੈ ਆਪਦੀ, ਤਾਂ 1500 ਦਾ ਟੀ ਵੀ ਲੱਗਾ ਹੈ 65 ਇੰਚ ਦਾ। ਇਸ ਏਰੀਏ 'ਚ ਸਾਰੇ ਟੀ ਵੀ ਆ, ਆਹ ਸਾਰੀਆਂ ਆਈਗਲਾਸਿਸ, ਇੱਧਰ ਵੱਡੇ ਆ ਟੀ ਵੀ, ਇੱਧਰ ਛੋਟੇ ਆ ਸਾਰੇ, ਇਹ ਥੋੜ੍ਹੇ ਸਸਤੇ ਆ, ਤਾਂ ਕੋਈ 350 ਤੱਕ ਆ, ਕੋਈ ਤਾਂ 250 ਤੱਕ ਆ, ਹਰ ਇੱਕ ਟੀ ਵੀ ਦਾ ਪ੍ਰਾਈਸ ਡਿਫਰੈਂਟ ਆ। ਆਹ ਸਾਰੇ ਬਦਾਮ ਆ ਇੱਧਰ ਰੱਖੇ ਹੋਏ ਆ ਡੱਬਿਆਂ 'ਚ, ਇੱਦਾਂ ਆਪਾਂ ਦੇਖਦੇ ਆ ਨਾ। ਆਹ ਕਿਹੜਾ? ਅੱਛਾ, ਅਸੀਂ ਇੰਨਾ ਵੱਡਾ ਟੀ ਵੀ ਲੈਣਾ ਆ, ਹਲੇ ਸੋਚਦੇ ਹਾਂ ਫਿਰ ਦੇਖੋ ਕਦੋਂ ਲੈ ਹੁੰਦਾ। ਲੈਪਟੋਪ ਇੱਥੇ ਇਲੈਕਟ੍ਰੋਨਿਕ ਕਾਫੀ ਸਮਾਨ ਹੁੰਦਾ ਆ, ਹਰ ਇੱਕ ਚੀਜ਼ ਦਾ ਪ੍ਰਾਈਸ ਇੱਦਾਂ ਲਿਖਿਆ ਹੋਇਆ ਆ ਵੀ ਕਿੰਨੇ ਦੀ ਆ, ਜੇ ਕੋਈ ਸੇਲ 'ਤੇ ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ, ਤੁਸੀਂ ਇੱਥੇ ਪੁੱਛ ਸਕਦੇ ਜਿਹੜਾ ਵੀ ਇੱਥੇ ਕੰਮ ਕਰਦਾ ਬੰਦਾ। ਆਹ ਹੈਗਾ ਟੈਬਲੇਟ, ਆਈਪੈਡ, ਆਈਪੈਡ ਪੇਅਰ, ਰੇਟ ਨਾਲ ਨਾਲ ਲਿਖੇ ਹੋਏ ਆ। ਇੱਥੇ ਕੁਛ ਆਇਆ ਆ ਦੇਖਦੇ ਹਾਂ, ਬ੍ਰੇਕਫਾਸਟ ਬਲੈਂਡ, ਹਾਂ ਆਹ ਸਾਰੀਆਂ ਕੌਫੀਆਂ ਪਈਆਂ, ਛੋਟਾ ਜਿਹਾ ਮਿੰਨੀ ਟੋਸਟਰ, ਆ ਪਿੱਛੇ ਜਿੱਦਾਂ ਆਹ ਜਾ ਕੇ ਅਤੇ ਆਹ ਜਿੱਥੇ ਮੈਂਬਰਸ਼ਿਪ ਲਿਖਿਆ ਨਾ, ਇੱਥੇ ਲੋਕ ਮੈਂਬਰਸ਼ਿਪ ਲੈਂਦੇ ਆ, ਇੱਥੇ ਮੈਂਬਰਸ਼ਿਪ ਤੋਂ ਬਿਨਾਂ ਤੁਸੀਂ ਅੰਦਰ ਨਹੀਂ ਆ ਸਕਦੇ, ਕਾਰਡ ਲੈਣਾ ਜ਼ਰੂਰੀ ਆ। ਹਾਂ ਮੈਂ ਚੱਲੀ ਹੁਣ ਕੱਪੜਿਆਂ ਵੱਲ, ਥੋੜ੍ਹੇ ਦੇਖਣੇ ਜੋਰਡਨ ਦੇ ਕੱਪੜੇ ਤਾਂ ਅੰਕਿਤਾ ਨੇ, ਉੱਧਰ ਜਾਂਦੀ ਹਾਂ। ਨਹੀਂ ਠੰਡ ਨਹੀਂ ਲੱਗਣੀ, ਬਲੈਂਕਟ ਚੇਤੇ ਭੁੱਲ ਗਿਆ ਇਹਦਾ ਲਿਆਉਣਾ, ਪਰ ਇੰਨੀ ਠੰਡ ਨਹੀਂ ਗੀ, ਠੀਕ ਹੈ। ਇੱਥੇ ਬਾਰਬੀਕਿਊ ਗ੍ਰਿਲਸ ਪਈਆਂ ਆ, ਬਾਰਬੀਕਿਊ ਗ੍ਰਿਲ ਪਈ ਆ ਇੱਥੇ, ਲੋਕ ਜਿੱਦਾਂ ਮੀਟ ਮੂਟ ਸਾਰਾ ਬੇਕ ਕਰਦੇ ਆ, ਬਾਰਬੀਕਿਊ ਕਰਦੇ ਆ, ਇੱਥੇ ਹਰ ਇੱਕ ਤਰ੍ਹਾਂ ਦਾ ਸਮਾਨ ਹੁੰਦਾ ਆ। ਆਏ ਮੰਮੀ ਆ ਜਾਓ ਕੱਪੜੇ ਵਾਲਾ, ਡੈਡੀ ਅੰਕਿਤਾ ਆ ਜਾਓ ਪੁੱਤ, ਆਹ ਸਾਰੇ ਕੱਪੜੇ ਪਏ ਆ ਇੱਥੇ,
ਹੁਣ ਗਰਮੀਆਂ ਦਾ ਸਟਾਕ ਸਾਰਾ ਆਇਆ ਆ। ਆਪਦੇ ਬੱਚਿਆਂ ਦੇ ਖੇਡਣ ਨੂੰ ਪਾਰਕ ਪੂਰੀ ਹੈ, ਜਿੱਦਾਂ ਤੁਸੀਂ ਬਾਏ ਕਰ ਸਕਦੇ ਆ ਆਪਣੇ ਬੈਕਯਾਰਡ ਚਲਾਉਣ ਲਈ। ਇਹ ਕਿੰਨੇ ਦੀ ਲੱਗੀ ਆ? ਆਹ ਜਿਹੜੇ ਸਵਿੰਗਸ ਯਾਰ, ਰੇਟ ਪਤਾ ਨਹੀਂ ਕਿੱਥੇ ਲਿਖਿਆ ਹੋਇਆ। ਆ ਵੀ ਇਹਦੇ 400 ਕੁਛ ਦੀ ਲੱਗੀ ਹੋਈ ਆ, ਨਹੀਂ 650 ਦੀ ਲੱਗੀ ਹੋਈ ਆ। ਆਹ ਬੱਚਿਆਂ ਦਾ ਖੇਡਣ ਨੂੰ ਬੈਕਯਾਰਡ 'ਚ ਸੈੱਟ ਕਰਨਾ ਆ। ਕੱਪੜੇ ਮੈਂ ਨਾ ਅੰਕਿਤਾ ਦੇ ਕੱਪੜੇ ਥੋੜ੍ਹੇ ਦੇਖਣੇ ਜੇ ਇੱਥੇ ਮਿਲ ਗਏ। ਇੱਥੇ ਹਰ ਇੱਕ ਤਰ੍ਹਾਂ ਦਾ ਸਮਾਨ ਆ, ਇੱਥੇ ਹਰ ਕੱਪੜੇ ਕਿੰਨੇ ਸੋਹਣੇ ਸੋਹਣੇ ਲੱਗੇ ਬੱਚਿਆਂ ਦੇ। ਆਹ ਥੋੜ੍ਹਾ ਸਿਆਲਾਂ ਦਾ ਸਟਾਕ ਆ, ਜਿੱਦਾਂ ਉਹਨੇ ਸੇਲ 'ਤੇ ਲਾਇਆ ਹੋਇਆ ਆ। ਸੋਹਣਾ ਲੱਗਦੇ ਆ। ਸਵਿਮਿੰਗ ਸੂਟ ਲੱਗੇ ਆ ਬੱਚਿਆਂ ਦੇ, ਕਿਉਂਕਿ ਹੁਣ ਸਾਰੇ ਗਰਮੀਆਂ ਕਰਕੇ ਨਿਆਣੇ ਨੇ ਸਵਿਮਿੰਗ ਕਰਨ ਜਾਣੀ ਹੈ, ਪੂਲ 'ਚ ਵੜਨਾ ਆ, ਉਹਨਾਂ ਲਈ ਲੱਗੇ ਆ। ਚੈਂਪੀਅਨ ਮੰਮੀ ਹੁਣੇ ਕੱਪੜੇ ਦੇਖਣ ਲੱਗ ਪਿਆ, ਮੈਂ ਚੱਲੀ ਹਾਂ ਸਬਜ਼ੀਆਂ ਵੱਲ, ਮੈਨੂੰ ਕੋਈ ਕੱਪੜਾ ਪਸੰਦ ਨਹੀਂ ਆਇਆ ਹਾਲੇ, ਅਤੇ ਜੋਰਡਨ ਦੇ ਸਾਈਜ਼ ਦੇ ਤਾਂ ਕੱਪੜੇ ਹੈ ਹੀ ਨਹੀਂ ਨਾ ਕੋਲ। ਅੰਕਿਤਾ ਲਈ ਵੀ ਕੁਛ ਖਾਸ ਨਹੀਂ ਮੈਨੂੰ ਪਸੰਦ ਆਇਆ। ਅੰਕਿਤਾ ਆ ਜਾਓ ਬੱਚੇ, ਕਮ ਔਨ, ਫਰਿਸ਼ ਪਤਾ ਨਹੀਂ ਕਿੱਥੇ ਚੱਲ ਗਿਆ, ਸਾਨੂੰ ਲੱਭਦੇ ਨਹੀਂ, ਹੁਣ ਦੇਖਦੇ ਹਾਂ। ਥੋੜ੍ਹੇ ਬੈਟਰੀਆਂ ਚਾਹੀਦੀਆਂ, ਸਿਆਹ ਲੈ ਲਈਏ, ਸੇਲ 'ਚ ਲੱਗੀਆਂ ਡਬਲ ਏ। ਚਲੋ ਬੱਚੇ ਬਾਬੂ ਜੀ ਸੌਂ ਗਏ, ਨੀਂਦ ਬਹੁਤ ਆਈ ਸੀ ਨਾ। ਇੱਧਰ ਗਾਰਡਨ ਵੀ ਆ ਅਤੇ ਸਬਜ਼ੀਆਂ ਵਗੈਰਾ ਵੀ ਸਾਰਾ ਕੁਛ ਹੈਗਾ ਇੱਥੇ। ਕਿੰਨੇ ਸੋਹਣੇ ਸੋਹਣੇ ਫਲਾਵਰ ਹੈਗੇ ਆ ਗਿਫਟ ਦੇਣ ਨੂੰ। ਸਾਰੇ ਵਾਟਰਮੈਲਨ ਆਏ ਆ, ਦੇਖਦੇ ਇਹਨਾਂ ਦਾ ਰੇਟ ਕੀ ਆ। ਵਾਟਰਮੈਲਨ ਆਏ ਆ 599। ਚਲੋ ਟਮਾਟੋਸ ਵਗੈਰਾ ਆ, ਇੱਥੇ ਕਰੋਸਰੀ ਦਾ ਵੀ ਸਾਰਾ ਸਮਾਨ ਹੁੰਦਾ ਹੈ। ਪਿਛਲੇ ਓਕੇ ਮੈਂ ਪੀਚ ਲੈਣੇ ਆ, ਪੀਚ ਦੇਖਦੀ ਹਾਂ ਪਿੱਛੇ ਹੈਗੇ ਆ ਅਤੇ ਇੱਥੇ ਪੀਚ। ਹਾਂ ਸਟੇ ਹੇਅਰ ਓਕੇ। ਪੀਚ ਲੱਗੇ ਆ 4 ਪੌਂਡ ਦੇ, $9 $0.39 ਦੇ।
ਉੱਧਰ ਸਾਰਾ ਬੇਕਰੀ ਦਾ, ਉੱਥੇ ਕੇਕ ਵਗੈਰਾ ਮਿਲਦੇ ਆ। ਇੱਧਰ ਵੀ ਪੂਰੀ ਲਾਈਨ ਭਰੀ ਹੋਈ ਹੈ। ਲਾਈਨ ਵਿੱਚ ਵਾਈਨ ਵਗੈਰਾ ਹੀ ਹੈ ਸਾਰਾ ਕੁਛ, ਕਾਫੀ ਤਰ੍ਹਾਂ ਦੀ ਵਾਈਨ ਆ। ਇੱਧਰ ਸਾਰਾ ਫਰੋਜ਼ਨ ਸਮਾਨ ਆ, ਫਰੋਜ਼ਨ ਵਿੱਚ ਅਸੀਂ ਕੁਛ ਲੈਣਾ ਨਹੀਂ। ਸਾਰੇ ਚਿਪਸ ਵਗੈਰਾ ਆ, ਸਾਰਾ ਡਰਾਈ ਫਰੂਟ ਆ, ਆਹ ਗਾਰਲਿਕ ਵਾਲੇ ਆਲਮੰਡਸ ਆ, ਉਹ ਲੂਣ ਵਾਲੇ ਆ, ਆਈ ਮੀਨ ਜਿੱਦਾਂ ਹਰ ਇੱਕ ਤਰ੍ਹਾਂ ਦੇ ਇੱਥੇ ਫਲੇਵਰ 'ਤੇ ਮਿਲਦੇ ਆ ਡਰਾਈ ਫਰੂਟਸ। ਆ ਵਾਲਨਟ ਡੱਬਿਆਂ ਵਿੱਚ ਮਿਕਸ ਨਟਸ ਆ, ਔਰਗੈਨਿਕ ਵੀ ਆ। ਅੰਕਿਤ ਦਾ ਵੇਟ ਪੁੱਛ, ਅਸੀਂ ਹੁਣ ਇਸ ਏਰੀਆ ਵਿੱਚ ਆ ਗਏ ਹਾਂ ਫਰੋਜ਼ਨ ਵੱਲ। ਅੰਕਲ ਇਸ ਕੋਲ ਦੱਸੋ, ਸਾਰੇ ਚਿਪਸ ਵਗੈਰਾ ਇੱਧਰ। ਇਹ ਫਲਾਵਰ ਵੀ ਆ, ਉਹਦੇ ਚੀਜ਼ਾਂ ਨਾ ਤੁਸੀਂ ਟੇਸਟ ਕਰ ਸਕਦੇ ਹੋ ਬਾਏ ਕਰਨ ਤੋਂ ਪਹਿਲਾਂ। ਇੱਦਾਂ ਸਾਰੇ ਇੰਪਲੋਈ ਖੜ੍ਹੇ ਹੁੰਦੇ ਆ, ਅਤੇ ਚੋਕਲੇਟਸ ਦਿੰਦਾ ਹੈ। Can I try one? Yes, of course. Thank you. You're welcome. Yeah, milk chocolate, sea salt, caramel. ਮੈਂ ਟਰਾਈ ਕਰਦੀ ਹਾਂ, ਜੇ ਪਸੰਦ ਆਈ ਤਾਂ ਫਿਰ ਮੈਂ ਲਾਉਂਗੀ ਹੋਰ। ਇੱਧਰ ਬੱਚਿਆਂ ਦੀਆਂ ਕੈਂਡੀਜ਼, ਜੋਰਡਨ ਵੀ ਉੱਠ ਗਿਆ। ਅਸੀਂ ਹੁਣ ਆਲਮੋਸਟ ਆਉਂਦੇ ਹਾਂ ਸ਼ੋਪਿੰਗ ਕਰਕੇ। ਆ ਮਰੂੰਡਾ ਜਿਹੜਾ ਇੰਡੀਆ 'ਚ ਮਿਲਦਾ ਹੁੰਦਾ ਸੀਗਾ, ਆ ਬਾਰਸ ਬਣਾਈਆਂ ਆ, ਹੈਲਥੀ ਬਾਰਸ। ਚੋਕਲੇਟਸ, ਸਾਰੇ ਚੋਕਲੇਟਸ ਦੇ ਕਿੰਨੇ ਵੱਡੇ ਵੱਡੇ ਪੈਕੇਟ ਆ, ਪਤਾ ਨਹੀਂ। ਆਈ ਥਿੰਕ 4 ਪਾਉਂਡ ਦੀ ਹੋਣੀ ਆ ਇਹ। ਇੱਧਰ ਸਾਰੇ ਵਾਈਟਮਿਨਸ ਮਿਲਦੇ ਆ, ਟੂਥਪੇਸਟ ਵਗੈਰਾ, ਪੇਨ ਪਿਲਸ, ਸਾਰਾ ਕੁਛ ਮਿਲਦਾ ਇੱਥੇ। ਉੱਧਰ ਲਾਈਨਾਂ ਲੱਗੀਆਂ ਆ, ਅਸੀਂ ਹੁਣ ਲਾਈਨ 'ਚ ਲੱਗ ਜਾਣਾ ਆ। ਇੱਧਰ ਇੱਥੇ ਸਾਰੇ ਤਾਂ ਲੋਕ ਲਾਈਨਾਂ 'ਚ ਲੱਗੇ ਹੁੰਦੇ ਆ, ਫਿਰ ਪੇ ਕਰਕੇ ਪੈਸੇ ਫਿਰ ਚੱਲ ਜਾਂਦੇ ਘਰ ਨੂੰ। ਫਰਿਜ ਕਿੱਥੇ ਲੱਗੇ ਆ? ਉਹ ਲੱਗੇ ਆ ਉੱਧਰ। ਅਸੀਂ ਸ਼ਾਪਿੰਗ ਕਰ ਲਈ, ਅਸੀਂ ਕਰ ਲਈ ਸ਼ਾਪਿੰਗ, ਹੁਣ ਅਸੀਂ ਵਾਪਸ ਚੱਲੇ। ਅੰਦਰ ਗਰਮੀ ਲੱਗਦੀ ਹੈ, ਬਾਹਰ ਹਲੇ ਠੰਡਾ ਆ। ਸਾਡੀ ਗੱਡੀ ਇੱਧਰ ਲੱਗੀ ਆ। ਹਾਂ, ਜੋਰਡਨ ਜਿਹੜਾ ਟਾਇਰਡ ਆ, ਸੋਣਾ ਮੰਗਦਾ ਹਲੇ। ਆ ਗਏ ਅਸੀਂ, ਅਸੀਂ ਆ ਗਏ ਹਾਂ ਗਰੋਸਰੀ ਲੈ ਕੇ।
ਜੋਰਡਨ ਹੈਲਪ ਕਰਾਉਂਦਾ ਆਪਣੇ ਡੈਡ ਦੀ ਗ੍ਰੋਸਰੀ ਲੰਚ ਹੈਨਾ। Bye.